ਕੋਈ ਨੇਤਾ ਕਹਿੰਦਾ ਸਾਨੂੰ ਜਿਤਾਓ ਅਸੀਂ ਡਿਵੈਲਪਮੈਂਟ ਕਰਾਂਗੇ, ਪਹਿਲਾਂ ਨੇਤਾ ਵਾਲਾ ਕਹਿੰਦਾ ਮੈਨੂੰ ਜਿਤਾਓ ਮੇਰੀ ਬੇਲ ਹੋ ਜੂਗੀ, ਮੇਰੀ ਜ਼ਮਾਨਤ ਹੋ ਜੂਗੀ। ਸੋ ਇਸ ਕਰਕੇ ਨਾ ਇਹਨੇ ਜਿੱਤਣਾ, ਨਾ ਇਹਦੀ ਜ਼ਮਾਨਤ ਹੋਣੀ ਹੈ। ਇਹ ਸਾਰਿਆਂ ਦਾ ਹੀ ਹਾਲ ਹੋਣਾ ਹੈ। ਕੇਜਰੀਵਾਲ ਵੀ ਜ਼ਮਾਨਤ 'ਤੇ ਸਿਰਫ 20 ਦਿਨ ਲਈ ਆਇਆ, ਉਹਨੂੰ ਕੋਈ ਬਲੈਂਕਟ ਬੇਲ ਨਹੀਂ ਮਿਲੀ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਬਈ ਇਲੈਕਸ਼ਨ ਪ੍ਰਚਾਰ ਆ, ਤੂੰ ਕਰ ਲਾ ਭਾਈ, ਦੋ ਨੂੰ ਵਾਪਸ ਇੱਥੇ ਹੀ ਆ ਜਾ, ਖਾਤਰਦਾਰੀ ਪੂਰੀ ਕਰਾਂਗੇ ਤੇਰੀ। ਸੋ ਇਸ ਕਰਕੇ ਵਾਪਸ ਤਿਹਾੜ ਜੇਲ੍ਹ 'ਚ ਜਾਣਾ, ਔਰ ਪਿੱਛੇ ਪਿੱਛੇ ਪੰਜਾਬ ਵਾਲੇ ਤਾਂ ਕਈ ਜਾਣੇ ਪੀਏ ਗਿਆ, ਇੱਥੇ ਤਾਂ ਕਈ ਜਾਣੇ ਆ, ਕਈ ਮੰਤਰੀ ਜਾਣੇ ਪੰਜਾਬ ਵਾਲੇ ਵੀ। ਅਤੇ ਬਲਬੀਰ ਰਾਜੀਵਾਲ ਕਹਿ ਰਿਹਾ ਕਿ ਜੇ ਨਰਿੰਦਰ ਮੋਦੀ ਅਮਿਤ ਸ਼ਾਹ ਇੱਥੇ ਆਉਣਗੇ ਤਾਂ ਵਿਰੋਧ ਕਰਨਗੇ, ਕੀ ਕਹਿੰਦੇ? ਜ਼ਰੂਰ ਕਰਨਾ ਚਾਹੀਦਾ, ਲੋਕਤੰਤਰ ਸਭ ਨੂੰ ਅਧਿਕਾਰ ਹੈ। ਰਾਜੀਵਾਲ ਸਾਹਿਬ ਨੇ ਇਲੈਕਸ਼ਨ ਲੜ ਕੇ ਦੇਖ ਹੀ ਲਈ ਹੈ, ਹੁਣ ਪਤਾ ਲੱਗ ਹੀ ਗਿਆ। ਪੰਜਾਬ ਦੇ ਵਿੱਚ ਜਿਵੇਂ ਹੀ ਚੋਣਾਂ ਦੀ ਤਰੀਕ ਨੇੜੇ ਆ ਰਹੀ ਹੈ, ਉਵੇਂ ਉਵੇਂ ਹਰ ਪਾਰਟੀ ਦੇ ਉਮੀਦਵਾਰਾਂ ਦੇ ਵੱਲੋਂ ਆਪਣਾ ਚੋਣ ਪ੍ਰਚਾਰ ਵੀ ਜ਼ੋਰਾਂ ਸ਼ੋਰਾਂ ਦੇ ਨਾਲ ਕੀਤਾ ਜਾ ਰਿਹਾ, ਜਿਸ ਦੇ ਤਹਿਤ ਸ਼੍ਰੀ ਅਨੰਦਪੁਰ ਸਾਹਿਬ ਤੋਂ ਬੀਜੇਪੀ ਦੇ ਉਮੀਦਵਾਰ ਡਾਕਟਰ ਸੁਭਾਸ਼ ਸ਼ਰਮਾ ਦੇ ਵੱਲੋਂ ਵੀ ਨਵਾਂ ਸ਼ਹਿਰ ਦੇ ਵੱਖ ਵੱਖ ਪਿੰਡਾਂ ਦਾ ਤੂਫਾਨੀ ਦੌਰਾ ਕੀਤਾ, ਜਿੱਥੇ ਉਹਨਾਂ ਦੇ ਵੱਲੋਂ ਜਾਡਲਾ ਕਸਬੇ ਦੇ ਵਿੱਚ ਇੱਕ ਜਨ ਸਭਾ ਨੂੰ ਸੰਬੋਧਨ ਕੀਤਾ ਅਤੇ ਉੱਥੇ ਹੀ ਉਹਨਾਂ ਨੇ ਮੋਦੀ ਸਾਹਿਬ ਦੇ 10 ਸਾਲ ਦੇ ਕੰਮਾਂ ਬਾਰੇ ਲੋਕਾਂ ਨੂੰ ਦੱਸਿਆ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਡਾਕਟਰ ਸੁਭਾਸ਼ ਸ਼ਰਮਾ ਨੇ CM ਕੇਜਰੀਵਾਲ 'ਤੇ ਵੀ ਵੱਡਾ ਬਿਆਨ ਦਿੱਤਾ ਹੈ, ਉਹਨਾਂ ਨੇ ਕੀ ਕਿਹਾ, ਆਓ ਤੁਹਾਨੂੰ ਸੁਣਾਉਂਦੇ ਹਾਂ। ਦੇਖੋ, ਚੋਰੀ ਜਿਨ੍ਹਾਂ ਨੇ ਕੀਤੀ ਹੈ, ਜਿਨ੍ਹਾਂ ਨੇ ਗਾਜਰਾਂ ਖਾਧੀਆਂ, ਢਿੱਡ ਪੀੜ ਹੋਣੀ ਹੈ। ਸੋ ਇਹਨਾਂ ਨੇ ਦੇਸ਼ ਦੀ ਜਨਤਾ ਦਾ ਪੈਸਾ ਲੁੱਟਿਆ, ਇਹ ਸਾਰਿਆਂ ਦਾ ਹੀ ਹਾਲ ਹੋਣਾ ਹੈ। ਕੇਜਰੀਵਾਲ ਵੀ ਜ਼ਮਾਨਤ 'ਤੇ ਸਿਰਫ 20 ਦਿਨ ਲਈ ਆਇਆ, ਉਹਨੂੰ ਕੋਈ ਬਲੈਂਕਟ ਬੇਲ ਨਹੀਂ ਮਿਲੀ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਬਈ ਇਲੈਕਸ਼ਨ ਪ੍ਰਚਾਰ ਆ, ਤੂੰ ਕਰ ਲਾ ਭਾਈ, ਦੋ ਨੂੰ ਵਾਪਸ ਇੱਥੇ ਹੀ ਆ ਜਾ, ਖਾਤਰਦਾਰੀ ਪੂਰੀ ਕਰਾਂਗੇ ਤੇਰੀ। ਸੋ ਇਸ ਕਰਕੇ ਵਾਪਸ ਤਿਹਾੜ ਜੇਲ੍ਹ 'ਚ ਜਾਣਾ, ਔਰ ਪਿੱਛੇ ਪਿੱਛੇ ਪੰਜਾਬ ਵਾਲੇ ਤਾਂ ਕਈ ਜਾਣੇ ਪੀਏ ਗਿਆ, ਇੱਥੇ ਤਾਂ ਕਈ ਜਾਣੇ ਆ, ਕਈ ਮੰਤਰੀ ਜਾਣੇ ਪੰਜਾਬ ਵਾਲੇ ਵੀ। ਉਹ ਤਾਂ ਇਹ ਕਹਿ ਰਹੇ ਵੀ 4 ਨੂੰ ਜੇ ਉਹਨੂੰ ਜਿਤਾ ਦਿੰਦੇ ਤਾਂ 5 ਨੂੰ ਜਿਹੜਾ ਘਰ ਰਹੇਗਾ, ਜੇ ਨਹੀਂ ਜਿੱਤਦਾ ਤਾਂ ਫਿਰ ਵਾਪਸ ਜੇਲ੍ਹ ਜਾਣਾ ਪਊਗਾ। ਕੀ ਲੱਗਦਾ ਕਿ ਇੰਡੀਆ ਜੱਟ ਕੋਲ, ਮਤਲਬ ਹੁਣ ਲੋਕਾਂ ਨੇ ਇਹ ਕੰਮ ਰਹਿ ਗਿਆ ਵੀ ਤੂੰ ਚੋਰੀ ਕਰੇ ਤਾਂ ਉਹਨੂੰ ਜਿਤਾ ਜਿਤਾ ਕੇ ਜੇਲ੍ਹ 'ਚੋਂ ਛੁਡਾਈ ਜਾਣ? ਪਹਿਲਾਂ ਹੀ ਨੇਤਾ ਹੈ, ਕੋਈ ਨੇਤਾ ਕਹਿੰਦਾ ਸਾਨੂੰ ਜਿਤਾਓ ਅਸੀਂ ਡਿਵੈਲਪਮੈਂਟ ਕਰਾਂਗੇ, ਪਹਿਲਾਂ ਨੇਤਾ ਵਾਲਾ ਕਹਿੰਦਾ ਮੈਨੂੰ ਜਿਤਾਓ ਮੇਰੀ ਬੇਲ ਹੋ ਜੂਗੀ, ਮੇਰੀ ਜ਼ਮਾਨਤ ਹੋ ਜੂਗੀ। ਸੋ ਇਸ ਕਰਕੇ ਨਾ ਇਹਨੇ ਜਿਤਣਾ, ਨਾ ਇਹਦੀ ਜ਼ਮਾਨਤ ਹੋਣੀ ਹੈ। ਸੋ ਹੁਣ ਤਿਹਾੜ ਜੇਲ੍ਹ 'ਚ ਹੀ ਆ। ਸਿੱਧੂ ਮੂਸੇਵਾਲੇ ਦੇ ਲੋਕਾਂ ਨੇ ਤੁਸੀਂ ਗੱਲ ਕੀਤੀ ਕਿ ਜਦੋਂ ਤੁਸੀਂ ਉਹਦੀ ਮੌਤ ਹੋਈ ਤੁਸੀਂ ਘਰ ਗਏ ਸੀ ਅਤੇ ਉਹਨਾਂ ਨੇ ਕਿਹਾ ਕਿ ਜੇ ਜੋਗੀ ਸਾਹਿਬ ਹੁੰਦੇ ਤਾਂ ਸ਼ਾਇਦ ਉਹਨਾਂ ਪੁੱਤ ਲਿਖ ਹੁੰਦਾ, ਪਰ ਉਹ ਪੱਲਾ ਤਾਂ ਕਾਂਗਰਸ ਦਾ ਫਟਦਾ ਫਿਰ। ਨਹੀਂ, ਉਹ ਅਲੱਗ ਗੱਲ ਹੈ, ਉਹਨਾਂ ਦੀ ਉਹਨਾਂ ਦੀ ਪਾਰਟੀ ਦਾ ਆਪਣੀ ਗੱਲ ਹੈ। ਉਹ ਇਹਨਾਂ ਨੇ ਮੰਚ 'ਤੇ ਵੀ ਕਹੀ ਹੈ, ਜਦੋਂ ਬਰਸੀ ਸੀਗੀ ਪਹਿਲੀ ਉਦੋਂ ਸਟੇਜ 'ਤੇ ਖੜੇ ਹੋ ਕੇ ਉਹਨਾਂ ਨੇ ਗੱਲ ਕਹੀ ਹੈ। ਦੇਖੋ, ਇਹ ਗੱਲ ਪੱਕੀ ਹੈ ਕਿ ਲਾਅ ਐਂਡ ਆਰਡਰ ਨੂੰ ਅਗਰ ਪੰਜਾਬ 'ਚ ਕੋਈ ਠੀਕ ਕਰ ਸਕਦਾ ਤਾਂ ਉਹ ਬੀਜੇਪੀ ਕਰ ਸਕਦੀ ਹੈ। ਯੋਗੀ ਸਾਹਿਬ ਵਰਗਾ ਨੇਤਾ ਜਿਹੜੇ ਬੀਜੇਪੀ ਨੇ ਜਿਵੇਂ ਖੜੇ ਕੀਤੇ ਉਹ ਹੀ ਕਰ ਸਕਦੇ। ਅੱਜ ਔਜਲਾ ਸਾਹਿਬ ਸੀ ਅੰਮ੍ਰਿਤਸਰ ਦੇ ਵਿੱਚ ਰੈਲੀ ਦੇ ਵਿੱਚ, ਗੁਰਜੀਤ ਔਜਲਾ ਦੇ ਵਿੱਚ, ਅਤੇ ਗੋਲੀ ਚੱਲੀ ਹੈ ਕਿ ਕਾਂਗਰਸੀ ਫਟੜ ਹੋਇਆ। ਲੱਗਦਾ ਵੀ ਚੋਣ ਜਾਬਤਾ ਜਿਹੜੇ ਲਾਇਸੈਂਸ ਜਾਬਤ ਨੇ, ਬੜਾ ਬੁਰਾ ਹਾਲ ਹੈ। ਮੁੱਖ ਮੰਤਰੀ ਕਹਿੰਦੇ ਰੋਮ ਚੱਲ ਰਿਹਾ ਸੀ, ਨੀਰੂ ਬਾਂਸਰੀ ਵਜਾ ਰਿਹਾ ਸੀ, ਪੰਜਾਬ ਦੇ ਲਾਅ ਐਂਡ ਆਰਡਰ ਦੀ ਹਾਲਤ ਦਿਨੋਂ ਦਿਨ ਵਿਗੜਦੀ ਜਾ ਰਹੀ ਹੈ। ਮੁੱਖ ਮੰਤਰੀ ਸਾਹਿਬ ਮਸਤ ਨੇ, ਉਹ ਕਦੀ ਛੱਲਾ ਗਾਉਂਦੇ ਨੇ, ਕਦੀ ਕੁਛ ਗਾਉਂਦੇ ਨੇ। ਅਤੇ ਬਲਬੀਰ ਰਾਜੀਵਾਲ ਕਹਿ ਰਿਹਾ ਕਿ ਜੇ ਨਰਿੰਦਰ ਮੋਦੀ ਅਮਿਤ ਸ਼ਾਹ ਇੱਥੇ ਆਉਣਗੇ ਤਾਂ ਵਿਰੋਧ ਕਰਨਗੇ, ਕੀ ਕਹਿੰਦੇ? ਜ਼ਰੂਰ ਕਰਨਾ ਚਾਹੀਦਾ, ਲੋਕਤੰਤਰ ਸਭ ਨੂੰ ਅਧਿਕਾਰ ਹੈ। ਰਾਜੀਵਾਲ ਸਾਹਿਬ ਨੇ ਇਲੈਕਸ਼ਨ ਲੜ ਕੇ ਦੇਖ ਹੀ ਲਈ ਹੈ, ਹੁਣ ਪਤਾ ਲੱਗ ਹੀ ਗਿਆ। ਕਿਹੜੇ ਖਾਸ ਮੁੱਦੇ ਰਹਿਣਗੇ ਤੁਸੀਂ ਹੁਣ ਵਿਚਾਰ ਰਹੇ ਹੋ ਲਗਭਗ, ਜਿੱਦਾਂ ਤੁਸੀਂ ਏਜੰਡੇ ਆਪਣਾ? ਦੇਖੋ, ਨਵਾਂ ਹਾਂ ਏਅਰਪੋਰਟ ਹੈ, ਟ੍ਰੇਨ ਦੀ ਕਨੈਕਟੀਵਿਟੀ ਹੈ, ਨਵੇਂ ਸ਼ਹਿਰ ਦੇ ਬੜੇ ਇਸ਼ੂ ਨੇ, ਰੇਲਵੇ ਰੋਡ ਦਾ ਇਸ਼ੂ ਹੈ, ਇੱਥੇ ਮੈਡੀਕਲ ਕਾਲਜ ਬਣਾਵਾਂਗੇ, ਸਕਿੱਲ ਡਿਵੈਲਪਮੈਂਟ ਦਾ ਸੈਂਟਰ ਬਣਾਵਾਂਗੇ, ਨਵੇਂ ਸ਼ਹਿਰ 'ਚ ਡੰਪ ਹੈ ਉਹਨੂੰ ਠੀਕ ਕਰਾਂਗੇ, ਨਵੇਂ ਸ਼ਹਿਰ ਦੇ ਅੰਦਰ ਬਹੁਤ ਸਾਰੇ ਮੁੱਦੇ ਨੇ ਜਿਹਨਾਂ ਨੂੰ ਠੀਕ ਕਰਾਂਗੇ। ਸ਼ਹੀਦ ਭਗਤ ਸਿੰਘ ਪਿੰਡ ਦੀ ਗੱਲ ਕਰਦੇ, ਇੱਕ ਸਟੇਸ਼ਨ ਉਹਨਾਂ ਨੇ ਅਡਾਪਟ ਕੀਤਾ, ਪਰ ਅਜੇ ਤਾਂ ਅਧੂਰੇ ਦਾ ਅਧੂਰਾ ਹੈ। ਨਹੀਂ, ਉਹ ਸਟੇਸ਼ਨ ਨੂੰ ਵੀ ਜਲਦੀ ਠੀਕ ਕਰਾਂਗੇ, ਔਰ ਰੇਲਵੇ ਜਦੋਂ ਕਨੈਕਟੀਵਿਟੀ ਵਧੇਗੀ ਤਾਂ ਇਸ ਸਟੇਸ਼ਨ ਦਾ ਵੀ ਮਾਡਰਨਾਈਜੇਸ਼ਨ ਕਰਾਂਗੇ। ਇੰਡੀਆ ਗੇਟ ਜੋੜ ਨੂੰ ਕਿਵੇਂ ਦੇਖਦੇ ਹੋ? ਚੋਰ ਚੋਰ ਮਸੇਰੇ ਭਾਈ, 400+। ਹਾਂ, ਜਨਤਾ ਹੀ ਕਹਿ ਰਹੀ, ਅਸੀਂ ਤਾਂ ਕਹਿ ਨਹੀਂ ਰਹੇ। ਤੁਸੀਂ ਪਿੰਡ 'ਚ ਜਾਓ, ਕਿਸੇ ਛੋਟੇ ਜਿਹੇ ਬੱਚੇ ਨੂੰ ਬੁਲਾ ਕੇ ਕਹੋ ਅਬ ਕੀ ਵਾਰ, ਉਹ ਕਹੇਗਾ 400+। ਠੀਕ ਹੈ, 13 'ਚੋਂ 13 ਸੀਟਾਂ ਆਣਗੀਆਂ। ਪੰਜਾਬ ਦੀ ਜਨਤਾ ਨੇ ਮਨ ਬਣਾ ਲਿਆ, ਅਕਾਲੀ ਦੇਖ ਲਏ, ਕਾਂਗਰਸੀ ਦੇਖ ਲਏ, ਝਾੜੂ ਵਾਲੇ ਦੇਖ ਲਏ, ਇਸ ਵਾਰ ਮੋਦੀ ਸਾਹਿਬ ਦਾ ਸਾਥ ਦੇਣਾ।